ਭਾਈਓ ਤੁਸੀਂ ਸਾਰੇ ਘੈਂਟ ਨੇ। ਤਾਂ ਦੋਸਤੋ ਪਹਿਲਾਂ ਤੁਹਾਨੂੰ ਅਤੇ ਤੁਹਾਡੀ ਫੈਮਿਲੀ ਨੂੰ ਸਾਰਿਆਂ ਨੂੰ ਹੈਪੀ ਦੀਵਾਲੀ। ਅਤੇ ਦੋਸਤੋ ਅੱਜ ਦਾ ਵਲੌਗ ਹੈ ਦੀਵਾਲੀ, ਤਾਂ ਆਜੋ ਫਿਰ ਤੁਹਾਨੂੰ ਦਿਖਾਈਏ ਬਰਨਾਲੇ ਦਾ ਮਾਹੌਲ ਦੀਵਾਲੀ 'ਤੇ। ਰਸ਼ ਅੱਜ ਜਮਾ ਹੀ ਨਹੀਂ ਹੈਗਾ, ਪਰ ਵੈਸੇ ਤਾਂ ਆਪਾਂ ਰਸ਼ ਹੁੰਦਾ ਕੇਸੀ 'ਤੇ ਤੁਸੀਂ ਦੇਖ ਹੀ ਸਕਦੇ ਹੋ। ਅੱਜ ਦੀਵਾਲੀ ਆ, ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਰਸ਼ ਆ ਬਾਬਲ ਬੇਕਰੀ 'ਚ, ਉਰੇ ਕਿੰਨਾ ਰਸ਼ ਹੈਗਾ। ਦੁਸ਼ਹਿਰਾ ਗਰਾਊਂਡ 'ਚ ਤੁਸੀਂ ਲੈ ਸਕਦੇ ਹੋ ਪਟਾਕੇ ਜੀ। ਬਰਨਾਲੇ ਦਾ ਮਾਹੌਲ ਵੇਲਾ ਤਾਂ ਦੇਖ ਲਿਆ, ਆਈਓ ਫਿਰ ਹੁਣ ਚੱਲੀਏ ਦੀਏ ਲਾਉਣ। ਹੁਣ ਆਪਾਂ ਦੀਏ ਵਗੈਰਾ ਲਾ ਕੇ ਆ ਗਏ ਘਰੇ, ਆਇਓ ਫਿਰ ਹੁਣ ਆਰਤੀ ਵਗੈਰਾ ਕਰੀਏ। ਅਯੋਧਿਆ ਪਹੁੰਚੇ ਸਨ, ਇਸ ਕਰਕੇ ਅਯੋਧਿਆ ਦਾ ਰਾਜ ਰਾਮ ਚੰਦਰ ਜੀ ਨੂੰ ਇਸ ਖੁਸ਼ੀ ਦੇ ਵਿੱਚ ਸਭ ਸ਼ਹਿਰ ਵਾਸੀਆਂ ਨੇ, ਦੇਸ਼ ਵਾਸੀਆਂ ਨੇ ਘਿਓ ਦੇ ਦੀਪ ਜਲਾਏ ਅਤੇ ਖੁਸ਼ੀਆਂ ਮਨਾਈਆਂ। ਬੋਲੋ ਸਾਚੇ ਦਰਬਾਰ ਜੈ। ਆਰਤੀ ਵਗੈਰਾ ਤਾਂ ਆਪਾਂ ਕਰ ਹੀ ਲਈ, ਆਇਓ ਫਿਰ ਹੁਣ ਪਟਾਕੇ ਵਗੈਰਾ ਚਲਾਈਏ।
तो अपना ब्लॉग ओरी एंड होता है, आइए थोड़ा सारे कहने लग गया अपना, लाइक कमेंट शेयर जरूर करें तो सब्सक्राइब भी कर दे अपना चैनल।